ਮੁੰਡੇ ਦਾ ਪਤਾ ਕਰਨ ਆ ਰਹੇ ਸੀਗੇ ਠੇਕੇਦਾਰ ਦਾ ਜੀ, ਉਹਦੇ ਅਸਿਸਟੈਂਟ ਹੋ ਗਏ ਤੜਕੇ ਤੇ ਉੱਤੋਂ ਪਤਾ ਲੈਣ ਆਉਂਦੇ ਸੀਗੇ। ਗੱਡੀ ਪੂਰੀ ਤੇਜ਼ ਆ ਰਹੀ ਸੀ, ਮੋਟਰਸਾਈਕਲ ਸਾਈਡ ਤੇ ਸੀਗਾ ਥੋੜ੍ਹਾ ਜਿਹਾ, ਇਹਨਾਂ ਨੇ ਗੱਡੀ ਰੋਕੀ ਨੀ, ਵਿੱਚ ਮੂਹਰੇ ਮੋਟਰਸਾਈਕਲ ਮਾਰੇ ਇਹਨਾਂ ਨੇ। ਇਹ ਕੋਈ ਗੁੱਡੀ ਵਾਲੀ ਚੁੰਗੀ ਦਿਵਾਏ 10 ਨੰਬਰ ਚੁੰਗੀ, ਇਹ ਦੋ ਜਣੇ ਸੀ। ਹਾਂ ਦਾਰੂ ਵੀ ਸੀਗੀ, ਇਹ ਪੁਲਿਸ ਵਾਲਾ ਬੰਦਾ ਜੀ ਮੁਲਾਜ਼ਮ, ਦਾਰੂ ਦੇ ਦੋ ਡੱਬੇ ਦਾਰੂ ਦੇ ਬੱਚੇ ਦੇ ਗੱਡੀ ਚ। ਸੁਖਪਾਲ ਸਿੰਘ ਜੀ, ਕੀ ਲੱਗਦਾ ਜੀ ਉਹ ਤੁਹਾਡਾ ਜਿਹੜਾ ਐਕਸੀਡੈਂਟ ਹੋਇਆ ਤੇ ਮੇਰਾ ਭਰਾ ਸੀ, ਕੀ ਕਾਰਵਾਈ ਦੀ ਮੰਗ ਕਰਦੇ ਹੋ? ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਸ ਮੁਲਾਜ਼ਮ ਦੇ ਉੱਤੇ। ਕੋਈ ਉਹਦੇ ਦਾਰੂ ਵਗੈਰਾ ਪੀਤੀ ਹੋਈ ਤੁਹਾਨੂੰ ਕੀ ਲੱਗਦਾ? ਹਾਂਜੀ, ਕਿਹੋ ਜਿਹੀ ਕਾਰਵਾਈ ਦੀ ਮੰਗ ਕਰਦੇ? ਨੌਕਰੀ ਤੋਂ ਬਰਖਾਸਤ ਹੋਣਾ ਚਾਹੀਦਾ ਜੀ। ਕੀ ਨਾਮ ਹੈ ਜੀ? ਮੇਜਰ ਸਿੰਘ ਜੀ। ਇਹ ਕੀ ਗੱਲਬਾਤ ਹੋਈ ਹੈ, ਜਿਹੜਾ ਐਕਸੀਡੈਂਟ ਹੋਇਆ ਕੌਣ? ਤੁਹਾਡਾ ਕੀ ਲੱਗਦਾ? ਮੇਰਾ ਬੇਟਾ ਜੀ ਇਹ। ਕੀ ਨਾਮ ਆ? ਇਹਦਾ ਤਨਵੀਰ ਆ ਜੀ। ਕੀ ਗੱਲਬਾਤ ਕੀ ਹੋਈ ਹੈ? ਇਹ ਪਿੰਡੋਂ ਆ ਰਹੇ ਸੀਗੇ ਜੀ, ਮੁੰਡੇ ਦਾ ਪਤਾ ਕਰਨ ਆ ਰਹੇ ਸੀਗੇ ਠੇਕੇਦਾਰ ਦਾ ਜੀ, ਉਹਦੇ ਅਸਿਸਟੈਂਟ ਹੋ ਗਏ ਤੜਕੇ ਤੇ ਉੱਥੋਂ ਪਤਾ ਲੈਣ ਆਉਂਦੇ ਸੀਗੇ। ਗੱਡੀ ਪੂਰੀ ਤੇਜ਼ ਆ ਰਹੀ ਸੀਗੀ, ਮੋਟਰਸਾਈਕਲ ਸਾਈਡ 'ਤੇ ਸੀਗਾ ਥੋੜ੍ਹਾ ਜਿਹਾ, ਇਹਨਾਂ ਨੇ ਗੱਡੀ ਰੋਕੀ ਨੀਗੀ, ਵਿੱਚ ਮੂਹਰੇ ਮੋਟਰਸਾਈਕਲ ਮਾਰੇ ਇਹਨਾਂ ਨੇ ਜੀ। ਕਿੱਥੇ ਹੋਇਆ ਐਕਸੀਡੈਂਟ? ਇਹ ਕੋਈ ਖੁੱਡੀ ਵਾਲੀ ਚੁੰਗੀ ਤੋਂ ਹੋਇਆ, 10 ਨੰਬਰ ਚੁੰਗੀ ਤੋਂ ਜੀ। ਇਹ ਦੋ ਜਣੇ ਸੀਗੇ ਜੀ। ਹਾਂ ਦਾਰੂ ਵੀ ਸੀਗੀ, ਇਹ ਪੁਲਿਸ ਵਾਲਾ ਬੰਦਾ ਜੀ ਮੁਲਾਜ਼ਮ, ਇਹ ਦਾਰੂ ਦੇ ਦੋ ਡੱਬੇ ਦਾਰੂ ਦੇ ਬੱਚੇ ਦੇ ਗੱਡੀ 'ਚ। ਮੰਗ ਸੀ ਵੀ ਸਾਡਾ, ਚਲੋ ਵੀ ਆਪਾਂ ਜੋ ਕੁਛ ਹੋ ਗਿਆ ਸਾਡਾ ਮੋਟਰਸਾਈਕਲ ਮਿਲਣਾ ਚਾਹੀਦਾ ਸਾਨੂੰ, ਮੁੰਡੇ ਦਾ ਇਲਾਜ ਹੋਣਾ ਚਾਹੀਦਾ ਸਾਨੂੰ, ਆਹੀ ਸਹਿਮਤ ਨਾ ਜੀ। ਕੋਈ ਦਾਰੂ ਪੀਤੀ ਹੁਣ ਪਤਾ ਲੱਗਦਾ ਜੀ, ਉਹਨਾਂ ਨੂੰ ਕਾਰਵਾਈ ਕਰ ਲੈਣਾ ਉਹਦੀ। ਅਸੀਂ ਕਹਿੰਦੇ ਦਾਰੂ ਦੀ ਕਾਰਵਾਈ ਹੋਣੀ ਚਾਹੀਦੀ ਸਾਨੂੰ, ਇਹ ਪੂਰੀ ਵੀ ਦਾਰੂ ਪੀਤੀ 'ਚ ਗੱਡੀ ਚਲਾਉਂਦਾ, ਇਹ ਮੂਹਰੇ ਕੋਈ ਬ੍ਰੇਕਣ ਲਾ ਰਿਹਾ ਮੂਹਰੋਂ। ਇਹ ਕੀ ਨਾਮ ਹੈ ਜੀ? ਤੁਹਾਡਾ ਨਾਮ ਕੀ ਹੋ ਜੀ? ਹਾਂਜੀ, ਕਿੱਥੋਂ ਆ ਰਹੇ ਜੀ ਤੁਸੀਂ? ਵਿਆਹ ਤੋਂ ਆਏ। ਕਿੱਧਰ ਨੂੰ ਜਾ ਰਹੇ ਸੀ? ਅਸੀਂ ਕਿੱਥੇ ਡਿਊਟੀ, ਕਿੱਥੇ ਤੁਹਾਡੀ? ਕੋਈ ਡਰਿੰਕ ਵਗੈਰਾ ਕੀਤੀ ਹੋਈ ਤੁਹਾਡੀ? ਨਹੀਂ ਨਹੀਂ ਵੀਰ ਜੀ, ਮੇਰੇ ਵਿਆਹ 'ਚੋਂ ਆਇਆ ਜੀ। ਇਹ ਐਕਸੀਡੈਂਟ ਕਿਵੇਂ ਹੋਇਆ ਜੀ? ਵੀਰ ਜੀ ਮੋਟਰਸਾਈਕਲ ਮੂਹਰੋਂ ਆਇਆ, ਥੱਲੋਂ ਮੇਰੀਆਂ ਸਰ ਆਇਆ, ਅਸੀਂ ਮੇਰੀਆਂ ਗੱਡੀ 'ਚ ਮੇਰੀਆਂ ਉੱਧਰੋਂ ਆ ਰਹੇ, ਗੱਡੀ ਦੀਆਂ ਬ੍ਰੇਕਾਂ ਮਾਰੀਆਂ ਪਰ ਗੱਡੀ ਆ ਉਹਦੀ ਪਲਟਾ ਲਈ ਹੈ ਮੈਂ। ਵੀਰ ਜੀ ਮੇਰੀਆਂ ਲੋਕ ਤਾਂ ਚਾਹੇ ਕੁਛ ਵੀ ਆ, ਇੱਕ ਮਿੰਟ ਨਹੀਂ, ਤੁਹਾਡੀ ਗੱਡੀ ਦੇ ਵਿੱਚੋਂ ਕੋਈ ਸ਼ਰਾਬ ਵਗੈਰਾ ਵੀ ਬਰਾਮਦ ਹੋਈ ਹੈ ਜੀ? ਵੀਰ ਜੀ ਮੇਰੀਆਂ ਕੁਛ ਵੀ ਕਰਦੇ ਨੇ, 5 ਲੱਖ ਦਾ ਜਿਹੜਾ ਮਰਜ਼ੀ ਹੈ ਮੇਰੀਆਂ, ਜੋ ਮਰਜ਼ੀ ਕਰ ਸਕਦੇ। ਨਹੀਂ ਹੁਣ ਤੁਹਾਡੀ ਸ਼ਰਾਬ ਵਗੈਰਾ ਪੀਤੀ ਨਹੀਂ ਹੋਈ ਜੀ? ਮੈਂ ਪੀਤੀ ਹੈ, ਮੈਂ ਉਹ ਵੀ ਪੁੱਛ ਰਿਹਾ ਨਾ। ਵੀਰ ਜੀ ਮੇਰੀਆਂ ਸਰ ਮੈਂ ਐਵੇਂ ਕਹਿ ਦਿਆਂ ਹੁਣ ਜਾਂ ਕੁਛ ਵੀ, ਤੁਸੀਂ ਚਲਾ ਰਹੀ ਗੱਡੀ? ਹਾਂ ਮੈਂ ਚਲਾਉਂਗਾ। ਕਿੰਨੇ ਜਾਣੇ ਜੀ ਤੁਸੀਂ? ਕਿੰਨੇ ਜਾਣੇ ਜੀ? ਭਰਾ ਮੇਰੀਆਂ ਇੱਕ ਮਿੰਟ, ਚਾਹੇ ਕੁਛ ਵੀ ਆ, ਮੇਰਾ ਨਾਮ ਹੈਗਾ ਹੌਲਦਾਰ ਸੁਖਬੀਰ ਸਿੰਘ ਜੀ। ਜਿਹੜੀ ਪੂਰੀ ਘਟਨਾ ਹੋਈ ਹੈ ਇਹਦੇ ਵਿੱਚ ਕੀ ਜਿਹੜੇ ਦੋਸ਼ੀ ਸੀਗੇ ਅਤੇ ਜਿਹੜਾ ਤੁਸੀਂ ਬਿਠਾਉਣ ਲੱਗੇ ਉਹਨਾਂ ਨੂੰ ਗੱਡੀ ਦੇ ਵਿੱਚ ਐਕਸੀਡੈਂਟ ਹੋਇਆ, ਉਹਦਾ ਕੀ ਕਾਰਨ ਹੈ? ਤੁਹਾਨੂੰ ਕੁਸ਼ਤੀ ਆਈ ਸੀ ਸੈੱਟ 'ਤੇ, ਕੁਸ਼ਤੀ ਕਿਉਂਕਿ ਇੱਕ ਐਕਸੀਡੈਂਟ ਹੋ ਗਿਆ। ਮੈਂ ਅਤੇ ਮੇਰਾ ਸਾਥੀ ਮੁਲਾਜ਼ਮ ਹੌਲਦਾਰ ਕੇਵਲ ਸਿੰਘ ਅਸੀਂ ਮੌਕੇ 'ਤੇ ਪਹੁੰਚੇ। ਜਦੋਂ ਪਹੁੰਚ ਕੇ ਆ ਕੇ ਦੇਖਿਆ ਤਾਂ ਬਾਕੀ ਕੱਟ ਹੋਇਆ ਸੀ, ਜਿਹੜਾ ਉਹ ਇਨਸਾਨ ਜੀ ਤੋਂ ਐਕਸੀਡੈਂਟ ਹੋਇਆ ਉਹਦੀ ਡਰਿੰਕ ਕੀਤੀ ਹੋਈ ਸੀ, ਉਹ ਪਬਲਿਕ ਨੂੰ ਬੁਰਾ ਭਲਾ ਬੋਲ ਰਿਹਾ ਸੀ। ਅਰ ਇਸ ਦੌਰਾਨ ਮਤਲਬ ਮੈਂ ਐਂਬੂਲੈਂਸ ਮੰਗਾਈ, ਐਂਬੂਲੈਂਸ ਮੰਗਾ ਕੇ ਉਹਨੂੰ ਪਬਲਿਕ ਦੀ ਮਤਲਬ ਕਿਸੇ ਵੀ ਤਰ੍ਹਾਂ ਦੇ ਜਿਹੜਾ ਉਹ ਜੋਸ਼ ਸੀਗਾ ਵੀ ਗੁੱਸੇ ਤੋਂ ਬਚਾਉਣ ਵਾਸਤੇ ਮਤਲਬ ਮੈਂ ਉਹਨੂੰ ਗੱਡੀ 'ਚ ਬਿਠਾਇਆ ਜੀ, ਅਤੇ ਗੱਡੀ 'ਚ ਬਿਠਾ ਕੇ ਫਿਰ ਵੀ ਮਤਲਬ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਚਾਹੇ ਪੁਲਿਸ ਮੁਲਾਜ਼ਮਾਂ ਇਹ ਐਕਸੀਡੈਂਟ ਦਾ ਦੋਸ਼ੀ ਹੈ ਜੋ ਬਣਦੀ ਕਾਰਵਾਈ ਹੈ ਅਤੇ ਪਾਈ ਜਾਊ। ਇਹ ਮੁਲਾਜ਼ਮ ਇਕੱਲਾ ਸੀ ਜੀ ਕਿ ਨਾਲ ਕੋਈ ਹੈਗੇ ਸੀ ਇਹਨਾਂ ਦੇ? ਨਾਲ ਇੱਕ ਲੜਕਾ ਹੋਰ ਆ ਜੀ ਜੋ ਸਾਡਾ, ਅਸੀਂ ਮੌਕੇ 'ਤੇ ਆ ਕੇ ਦੇਖਿਆ ਅਤੇ ਇੱਕ ਇਹਨਾਂ ਨੇ ਮੋਟਰਸਾਈਕਲ 'ਚ ਟੱਕਰ ਮਾਰੀ ਹੈ ਜੀ, ਉਸ ਤੋਂ ਬਾਅਦ ਗੱਡੀ ਪਲਟੀ ਫੁੱਟਪਾਥ ਦੇ ਵਿੱਚ ਵੱਜ ਗਈ। ਠੀਕ, ਇੱਥੋਂ ਦਾ ਜਿਹੜਾ ਮੁਲਾਜ਼ਮ ਸੀਗਾ ਅਤੇ ਕੀ ਇਹਦੇ ਵਿੱਚ ਇਹ ਕਿੱਥੋਂ ਆ ਰਿਹਾ ਸੀ ਅਤੇ ਕਿਵੇਂ ਸੀ? ਮੈਨੂੰ ਇੰਨੀ ਜਾਣਕਾਰੀ ਹੈ ਵੀ ਇਹ ਬੱਦਰ ਹੀ ਲੱਗਿਆ ਹੋਇਆ ਬੁਲਾਟ, ਠੀਕ ਹੈ, ਦਾਰੂ ਦੀ ਬੋਤਲ ਮਿਲੀ ਹੈ ਗੱਡੀ ਵਿੱਚੋਂ ਵੀ ਹੈਗੀ ਹੈ, ਉਹ ਮੈਨੂੰ ਨਹੀਂ ਬੋਤਲ ਮਿਲੀ, ਮੈਂ ਤੁਹਾਨੂੰ ਹੁਣ ਤਿੰਨ ਸ਼ਰਾਬ ਪੀਤੀ ਹੋਈ ਹੈ। ਠੀਕ ਹੈ ਜੀ, ਠੀਕ ਹੈ ਸਰ, ਥੈਂਕ ਯੂ। ਵੀਰੇ ਮੇਰਾ ਨਾਮ ਕਾਲੀ ਆ, ਤਨਵੀਰ ਸਿੰਘ। ਕੀ ਗੱਲਬਾਤ ਹੋਈ ਹੈ, ਕਿੱਥੋਂ ਆਏ ਸੀ, ਕਿਵੇਂ ਐਕਸੀਡੈਂਟ? ਵੀਰੇ ਅਸੀਂ ਠੇਕੇਦਾਰ ਦੇ ਬਿਸਤਰੇ ਫੜਾਉਣ ਆਉਂਦੇ ਸੀਗੇ ਬਰਨਾਲੇ, ਅੱਜ ਉਹਦਾ ਸੁਬਹ ਐਕਸੀਡੈਂਟ ਹੋ ਗਿਆ ਸੀਗਾ। ਜਿਹੜੀ ਆ ਸਕਾਰਪੀਓ ਗੱਡੀ ਆ ਇਹ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀਗੀ, ਇਹਨੇ ਸਾਡੇ ਮੋਟਰਸਾਈਕਲ ਦੇ ਵਿੱਚ ਟੱਕਰ ਮਾਰੀ ਅਤੇ ਅਸੀਂ ਦੋ ਜਣੇ ਸੀ, ਮੇਰਾ ਧਿਆਨ ਨਹੀਂ ਪਿਆ ਵੀ ਕੀ ਆ ਕੀ ਨਹੀਂ, ਮੈਂ ਉਹ ਬੰਦੇ ਦੀ ਸਹਾਇਤਾ ਕਰਨ ਲੱਗ ਗਿਆ।
ਸਰ ਉੱਥੇ ਦੱਸਦੇ ਆ ਜੀ, ਮੇਰਾ ਉੱਥੇ ਧਿਆਨ ਨਹੀਂ ਹੋਇਆ, ਉੱਥੇ ਬੰਦਿਆਂ ਨੇ ਵੀਡੀਓ ਬਣਾਈ ਆ ਸਾਡੇ ਕੋਲੇ, ਆਪਦੇ ਬੰਦਿਆਂ ਦੀ ਹੈਗੀ ਆ, ਮੇਰੇ ਭਰਾ ਕੋਲੇ ਖੁਦ ਵੀਡੀਓ ਹੈਗੀ ਆ ਵੀ ਉਹਨਾਂ ਕੋਲੇ ਸ਼ਰਾਬ ਬਰਾਮਦ ਹੋਈ ਆ, ਵੀ ਇਹਨਾਂ ਦੀ ਸ਼ਰਾਬ ਵੀ ਆਪ ਵੀ ਪੀਤੀ ਹੋਈ ਸੀ। ਆਪਾਂ ਉਰੇ ਦੇਖ ਚੁੱਕੇ ਹਾਂ ਜੀ ਹੁਣੀ। ਕੀ ਮੰਗ ਕੀ ਕਰ? ਮੰਗ ਤਾਂ ਜੀ ਅਸੀਂ ਬਸ ਸਾਡੇ ਬੰਦੇ ਦੀ ਸਹਾਇਤਾ ਹੋ ਜੇ, ਜੋ ਸਾਡਾ ਮਸ਼ੀਨਰੀ ਦਾ ਨੁਕਸਾਨ ਹੋਇਆ ਉਹ ਹੋ ਜੇ, ਸਾਡੇ ਬੰਦੇ ਦੀ ਵੱਧ ਤੋਂ ਵੱਧ ਸਹਾਇਤਾ ਹੋਵੇ ਜੀ। ਅਸੀਂ ਜੀ ਬਸ ਆਪਦਾ ਉਹੀ ਕਰਾਉਣਾ ਚਾਹੁੰਦੇ ਹਾਂ ਜੀ। ਜਿਹੜੇ ਪੁਲਿਸ ਮੁਲਾਜ਼ਮ ਦਾਰੂ ਪੀਤੇ, ਅਣਗਹਿਲੀ ਨਾਲ ਇਹਨਾਂ ਨੇ, ਇਹਨਾਂ ਦੀ ਅਣਗਹਿਲੀ ਆ ਜੀ, ਉਹ ਤਾਂ ਜੀ ਹੁਣ ਆਪ ਹੀ ਮੁੱਦਾ ਚੁੱਕਣਾ ਚਾਹੀਦਾ ਜੀ, ਵੀ ਹੁਣ ਇਹਦਾ ਦੇਖੋ ਜੀ ਕੀ ਕਰ ਸਕਦੇ ਹਾਂ ਆਪਾਂ। ਇਹ ਡਾਕਟਰੀ ਕਰਾਓ ਜੀ, ਇਹਨੂੰ ਪੁੱਛੋ ਜੀ ਵੀ ਇਹ ਸਹੀ ਗੱਲ ਆ ਜੀ, ਐਂ ਦਾਰੂ ਪੀ ਕੇ ਇਹ ਉਸ ਕਰਨਾ ਚਾਹੀਦਾ ਜੀ। ਕਾਰਵਾਈ ਜੀ ਸਾਡੀ ਸਹਾਇਤਾ ਵੱਧ ਤੋਂ ਵੱਧ ਹੋ ਸਕੇ ਜੀ, ਅਸੀਂ ਤਾਂ ਇਹੀ ਕਾਰਵਾਈ ਕਰ ਸਕਦੇ। ਸੁਣਵਾਈ ਹੈ ਜੀ, ਕਰਾਓ ਜੀ। ਬਾਬਾ ਅਗੋਰੀ ਨਾਥ, ਭਗਤੀ ਦੀ ਸ਼ਕਤੀ ਹੈ ਮੇਰੇ ਕੋਲ, ਵਸ਼ੀਕਰਨ ਅਤੇ ਮੁਠਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀ ਨਾਥ, ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ ਜੜ ਤੋਂ ਖਤਮ, ਪਿਆਰ ਚ ਧੋਖਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਾਰੋਬਾਰ ਚ ਘਾਟਾ, ਨੌਕਰੀ ਦੀ ਸਮੱਸਿਆ, ਜ਼ਿੰਦਗੀ ਦੀ A to Z ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀ ਨਾਥ। ਮੋਬਾਈਲ ਨੰਬਰ 9815705376।